ਕੌਡੀ 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 ਕੌਡੀ। ਕੁਲਵੀਰ ਜਟਾਣੇ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਕਬੱਡੀ ਦਾ ਜਹਾਜ਼। ਨਵਜੋਤ ਸਿੰਘ ਨਾ ਸੰਦਮਾ ਪਿੰਡਾ, ਪਰ ਕਹਿੰਦੇ ਦੁੱਗਾ ਦੱਸਣ ਦੀ ਲੋੜ ਨਹੀਂ, ਫੜਿਆ ਹੋਇਆ ਗੁੱਟ ਕੇ ਕੋਈ ਗੁੱਟ ਕੋਈ ਪਾਵੇ ਪੂਰੀ ਲੁੱਟ, ਕੋਈ ਲਾਉਂਦਾ ਜੱਫਾ ਅੜ ਅੜ ਕੇ। ਸਰਨਾਵਾਂ ਹਰਜੀਤ ਬਰਾੜ ਜਿਹੇ ਬਿਰਲੇ ਪੁੱਤ ਜੰਮਦੀਆਂ ਮਾਵਾਂ, ਬਿਰਲੇ ਪੁੱਤ ਜੰਮਦੀਆਂ ਮਾਵਾਂ, ਨੰਗਲਾਂ ਦੇ ਸੰਦੀਪ ਜਿਹੇ ਬਿਰਲੇ ਪੁੱਤ ਜੰਮਦੀਆਂ ਮਾਵਾਂ, ਚਾਰ ਜਾਫਿਆਂ ਦੀ ਘੁੰਮਦੀ ਹੋਈ ਚੈਨ ਹੈ ਮੇਰੇ ਵੀਰੋ। ਹੁਣ ਕੌਣ ਲਾ ਕੇ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ? ਇੱਕ ਇੱਕ ਕਬੱਡੀ ਲੱਖ ਲੱਖ ਦੀ ਹੈ। ਦੁੱਗੇ ਪਿੰਡ ਵਾਲਾ ਸਰਦਾਰ ਨਿਰਮਲ ਸਿੰਘ ਗਿੱਲ ਦਾ ਪੁੱਤ ਕੇ ਹੈ ਪ੍ਰਿੰਸ ਕਬੱਡੀ ਦਾ, ਖੇਡਦਾ ਲੱਗਦਾ ਬੜਾ ਪਿਆਰਾ ਗੱਭਰੂ ਗਾਡਰ ਵਰਗੇ ਦਾ ਹੱਥ ਹੈ ਕਿਲੋ ਕਿਲੋ ਦਾ ਭਾਰ। ਦੂਸਰੇ ਪਾਸੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵਿਸ਼ੇਸ਼ ਧੰਨਵਾਦ ਕਰਦੇ ਹਾਂ ਆਟੋ ਵਾਹਨ ਦਾ, ਨਿਊ ਮਿਲੇਨੀਅਮ ਟਾਇਰ ਸੈਂਟਰ ਦਾ, ਹਾਊਸ ਆਫ ਟਾਇਰ ਦਾ, ਸਾਰਿਆਂ ਦਾ ਬਹੁਤ ਵੱਡਾ ਰੋਲ। ਅਗਲੀ ਕਬੱਡੀ ਮੈਦਾਨ ਦੇ ਵਿੱਚ ਮਨੀ ਦੀ ਪੈਂਦੀ ਹੋਈ ਸੰਧੂ ਚੱਠੀਆ ਕਪੂਰਥਲੇ ਵਾਲਾ ਲਾਓ ਮਨੀ, ਤੇ ਦੂਸਰੇ ਪਾਸੇ ਕਬੱਡੀ ਦੇ ਪ੍ਰਿੰਸ ਖੁਸ਼ਦੀਪ ਦੇ ਨਾਲ ਟੱਕਰ ਹੋ ਗਈ। ਇੱਕ ਪਾਸੇ ਮਨੀ ਸੰਧੂ ਚੱਠੀਆ ਵਾਲਾ ਤੇ ਖੁਸ਼ਦੀਪ ਸਿੰਘ ਤਾੜੀ ਤੁਹਾਡੀ ਹੋਣੀ ਹੈ। ਅੱਜ ਸਮੇਂ ਦੇਖਦੇ ਹਾਂ ਵੀ ਆਪ ਮਹਾਰੇ ਤਾੜੀ ਵਾਜੇ, ਜੇ ਜਦ ਢੋਲ ਤੇ ਡਗਾ ਲੱਗਦਾ ਤੇ ਪੈਰ ਆਪ ਮਹਾ। ਜਿਹੜਾ ਸਾਡਾ ਕੱਪ ਹੋਣ ਜਾ ਰਿਹਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦਾ, ਉਹਦੇ ਲਈ ਕੀ ਰਹੇਗੀ? ਹਾਂਜੀ ਬਿਲਕੁਲ ਜੀ, ਜਿੱਦਾਂ ਸ਼ਿੰਦੇ ਜੀ ਨੇ ਦੱਸਿਆ ਹੈਗਾ ਕਿ ਕਾਫੀ ਜਿਹੜੇ ਪਲੇਅਰ ਅੱਜ ਆਪਣੀ ਸਾਡੀ ਟੀਮ ਦੇ ਵਿੱਚ ਨਹੀਂ ਖੇਡ ਸਕੇ, ਉਹ ਆਲਰੇਡੀ ਹੀ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਅਤੇ ਨਵੀਆਂ ਵੀਡੀਓਜ਼ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।